ਅੱਗੇ ਚੱਲੀਏ ਮਿੱਟੇ ਜੀ ਇਧਰੋਂ ਕਹਿੰਦੇ ਕਿ ਚੰਨੀ ਦੇ ਭਤੀਜੇ ਨੇ ਦੋ ਜਿਪਸੀਆਂ ਲੰਗਾ ਸੀ ਅਰ ਸੰਸਤਾ ਪਤਾ ਨਹੀਂ ਹੈਗੇ ਸੀ ਕਿ ਨਹੀਂ ਹੈਗੇ ਸੀ ਬਾਈ ਉਹ ਨਹੀਂ ਪਤਾ ਪਰ ਇਹ ਵੀ ਨਹੀਂ ਪਤਾ ਕਿ ਚਟੀਆਂ ਸੀ ਕਿ ਕਾਲੀਆਂ ਸੀਗੀਆਂ ਇਹ ਤਾਂ ਬਲਕਾਰ ਸਿੱਧੂ ਨੂੰ ਨਹੀਂ ਪਤਾ ਲੱਗਾ ਕਿਹਦੀ ਸੀ ਉਹ ਜਿਪਸੀ ਤੇ ਚਿੱਟੀ ਕਾਰ ਵੈਰਨੇ ਨਹੀਂ ਜੀ ਜੀ ਉਹ ਹੁਣ ਗੱਲ ਇਹ ਆ ਕਿ ਬਾਈ ਇਹ ਜਿਹੜੀ ਜਿਪਸੀ ਸੀ ਉਹ ਉਦੋਂ ਚਰਚਾ ਦਾ ਵਿਸ਼ਾ ਬਣੀ ਸੀਗੀ ਉਹ ਕਿ ਜਦੋਂ ਕਾਲੀਆਂ ਨੇ ਸ਼ਾਇਦ ਕੱਢੀ ਸੀਗੀ ਸੀ ਸੀ ਟੀ ਵੀ ਜੀ ਦਿਖਾਈ ਸੀ ਉਹ ਪ੍ਰੋਜੈਕਟਰ ਇਹ ਤੇ ਦਿਖਾਈ ਸੀ ਆਓ ਜੀ ਪ੍ਰੋਜੈਕਟਰ ਚ ਹਾਂ ਉਹ ਮਜੀਠੀਆ ਸਾਹਿਬ ਨੇ ਤੇ ਮੈਨੂੰ ਲੱਗਾ ਉਹ ਮੋਟਰਸਾਈਕਲ ਜਿਹੜਾ ਪਹਾੜਾਂ ਤੇ ਚੜਾਜੋ ਉਹ ਉਹਦੇ ਵੀ ਵਿੱਚ ਪਾ ਕੇ ਲਗਾਇਆ ਹੋਇਆ ਹੋਣੇ ਕਿਤੇ ਵੀ ਕਿਤੇ ਲੋਡ ਪੈ ਗਈ ਤਾਂ ਉੱਥੇ ਦਿਖਾ ਦਿਆਂਗਾ ਹਾਂ ਜੀ ਹਾਂ ਜੀ ਉਹ ਪਹਾੜਾਂ ਤੇ ਚੜੇ ਫਿਰਦੇ ਨਾ ਅੱਜ ਕੱਲ ਵੈਸੇ ਵਧੀਆ ਹੈ ਐਡਵੈਂਚਰ ਹੈ ਨਾ ਉਹਦਾ ਜੀ ਸਾਡੇ ਅਰਗੇ ਤੇ ਐਵੇਂ ਰੁੱਲ ਰੁੱਲ ਕੇ ਮਰ ਜਾਣਾ ਜੀ ਤਾਂ ਵਧੀਆ ਇਹਨਾਂ ਦੀ ਜ਼ਿੰਦਗੀ ਆ ਇਧਰ ਆਉਂਦੇ ਆ ਚਿੱਟੇ ਕੁਰਤੇ ਪਜਾਮੇ ਪਾ ਲੈਂਦੇ ਆ ਤੇ ਡਹਿ ਪੈਂਦੇ ਇੱਕ ਦੂਜੇ ਨੂੰ ਤੇ ਵਧੀਆ ਜਦੋਂ ਮਤਲਬ ਕਿ ਥੋੜਾ ਜਿਹਾ ਅੱਕ ਜਾਂਦੇ ਆ ਬੋਰ ਹੋ ਜਾਂਦੇ ਆ ਫਿਰ ਨਿਕਲ ਜਾਂਦੇ ਆ ਪੜਾਣ ਨੂੰ ਵਧੀਆ ਰਾਜਨੀਤਿਕ ਬੰਦਿਆਂ ਦੀ ਜ਼ਿੰਦਗੀ ਵੀ ਵਧੀਆ ਜੀ ਜੀ ਖੈਰ ਉਹ ਜਿਹੜੀ ਜਿਪਸੀ ਦਾ ਪਹਿਲਾਂ ਵੀ ਰੌਲਾ ਪਿਆ ਜਿਪਸੀ ਇੱਕ ਹੈ ਕਿ ਦੋ ਆ ਵਿਜ਼ੂਅਲ ਸਾਫ਼ ਨਹੀਂ ਸਨ ਤੇ ਗਨਮੈਨ ਵੀ ਨਜ਼ਰ ਆਉਂਦੇ ਆ ਉਸ ਟਾਈਮ ਸਿਕਿਉਰਟੀ ਪਰਸਨ ਜਿਹੜੇ ਹੁੰਦੇ ਆ ਜੀ ਉਸ ਵੇਲੇ ਉਹ ਵੀ ਨਜ਼ਰ ਆਏ ਸਨ ਪਰ ਉਹ ਗੱਲ ਆਈ ਗਈ ਹੋ ਗਈ ਹੁਣ ਦੱਸਦੇ ਆ ਕਿ ਇਹਨਾਂ ਨੇ ਮਾਨ ਸਾਹਿਬ ਨੇ ਤਾਂ ਪਹਿਲਾਂ ਕਿਹਾ ਸੀਗਾ ਕਿ ਚਿੱਠੀਆਂ ਛੱਡੋ ਮੈਂ ਤੇ ਤੁਹਾਡੇ ਚਿੱਠੇ ਵੀ ਫੋਲਣੇ ਆ ਕਿ ਮੈਂ ਸਾਰੀ ਗੱਲ ਦੱਸੂਗਾ ਲੋਕਾਂ ਨੂੰ ਹਾਂਜੀ ਲੋਕ ਤੇ ਅੱਗੇ ਸੁਣਨ ਨੂੰ ਤਿਆਰ ਹੈ ਕਿ ਵਿਚਲੀਆਂ ਗੱਲਾਂ ਦੱਸੋ ਸ਼ਾਦੀਆਂ ਕਿੰਨੀਆਂ ਹੋਈਆਂ ਬੱਚੇ ਕਿੰਨੇ ਕਿੱਥੇ ਕਿੰਨੇ ਪੀਤੀ ਕਿੰਨੇ ਖਾਦੀ ਸਭ ਇਹੀ ਗੱਲਾਂ ਦੱਸੋ ਹਾਂ ਲੋਕੀ ਤਾਂ ਕਹਿੰਦੇ ਕਿ ਬਾਦਲ ਵਾਲੀ ਚਿੱਠੀ ਅੱਧੀ ਕਿਉਂ ਪੜੀ ਉਹ ਵੀ ਕਹਿੰਦੇ ਸੀਮਾ ਸਾਹਿਬ ਵੀ ਕਹਿੰਕੇ ਕਿ ਮੇਰੇ ਘਰ ਨੂੰ ਵੀ ਪੂਰੀ ਚਿੱਠੀ ਪੜ ਪੂਰੀ ਚਿੱਠੀ ਨਹੀਂ ਪੜੀ ਆ ਲੋਕ 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 ਤਾਂ ਤਿਆਰ ਨੇ ਤੁਸੀਂ ਬਸ ਸੁਣਾਓ ਕਿਸੇ ਨੂੰ ਤੇ ਹੁਣ ਇਹ ਮਤਲਬ ਕਿ ਕਹਾਣੀ ਨੂੰ ਅੱਗੇ ਤੋਰ ਰਹਾ ਕਿ ਪਤਾ ਕਰੋ ਕਿ ਕਿਹੜੇ ਅਫਸਰ ਨੇ ਬਈ ਗਨਮੈਨ ਦਿੱਤੇ ਸੀਗੇ ਜੀ ਉਹਨਾਂ ਪੰਜਾਬੀ ਚ ਕਾਬਤਾ ਬੜੀਆਂ ਗਾਡਰ ਨੇ ਜੀ ਅਖੋਤਾ ਮਹਾਵਰੇ ਕਾਬਤਾ ਇਹ ਤਾਂ ਗਾਹ ਹੋਣਾ ਸੀ ਪੀੜੀ ਨੂੰ ਦੇ ਨਹੀਂ ਪਾਰੇ ਉਹ ਉਹ ਨਾ ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਸੀ ਕਿ ਜੰਮਣ ਵਾਲੇ ਛੁੱਟ ਗਏ ਤੇ ਸੇੜਨ ਵਾਲੇ ਫਸ ਗਏ ਜੀ ਹੁਣ ਚੰਨੀ ਸਾਹਿਬ ਜਾਂ ਉਹਨਾਂ ਦਾ ਭਾਣਜਾ ਉਹ ਤੇ ਭਤੀਜੇ ਹੈ ਭਾਣਜਾ ਆਸੇ ਪਾਸੇ ਆ ਹੁਣ ਜਿਹੜੇ ਉਹ ਅਫਸਰ ਆ ਜਿਨ੍ਹਾਂ ਨੇ ਉਹ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਹੋਊਗੀ ਜਿਨ੍ਹਾਂ ਨੇ ਮਤਲਬ ਉਹ ਜਿਪਸੀਆਂ ਦਿੱਤੀਆਂ ਹੋਣੀਆਂ ਉਹ ਫਸ ਜਾਣਗੇ ਬਿਲਕੁਲ ਫਸਣਗੇ ਭਾਈ ਜਿਨ੍ਹਾਂ ਦੇ ਫੋਨਾਂ ਨੇ ਹੁਣ ਕੰਮ ਕਰਤੇ ਕਿ ਬਾਈ ਚਲੋ ਕੋਈ ਗੱਲ ਨਹੀਂ ਸਾਹਿਬ ਉਹ ਤੇ ਹੁਣ ਜੀ ਹਜੂਰ ਕਰਤੀ ਤੇ ਹੁਣ ਪੈ ਗਿਆ ਪਿੱਛੇ ਉਹਨਾਂ ਦੀ ਤੇ ਥਾਲੀ ਮੰਜੀ ਜਾਣੀ ਹੈ ਸਾਹਿਬ ਨਾਲ ਜੀ ਪਰ ਗੱਲ ਇਹ ਆ ਕਿ ਦੇਖੋ ਮੈਂ ਕਹਿੰਨਾ ਕਿ ਨਾਲ ਲਗਮੀ ਇੱਕ ਜਾਂਚ ਪੜਤਾਲ ਹੋਰ ਹੋ ਜਾਣੀ ਚਾਹੀਦੀ ਆ ਜੀ ਰਾਣੂ ਵਾਲੇ ਕੇਸ ਦੇ ਵਿੱਚ ਉਸ ਵੇਲੇ ਅਮਰਿੰਦਰ ਸਿੰਘ ਦਾ ਜਿਹੜਾ ਇੱਕ OSDC ਤथाकथित ਤੌਰ ਤੇ ਉਹ ਵੀ ਇਸ ਤਰ੍ਹਾਂ ਚੜਿਆ ਫਿਰਦਾ ਸੀਗਾ ਉਹਦੇ ਨਾਲ ਤਸਵੀਰਾਂ ਤੇ ਦੱਸਦੇ ਕਿ ਇੱਕ ਪਾਇਲਟ ਉਧਰ ਵੀ ਚੱਲਦੀ ਹੁੰਦੀ ਸੀ ਜੀ ਸੱਚੀ ਆ ਕਿ ਝੂਠੀ ਉਹ ਵੀ ਜਾਂਚ ਕਰਵਾ ਲਓ ਨਾਲ ਲੱਗੂਗੀ ਉਧਰ ਸਭ ਤੋਂ ਜ਼ਿਆਦਾ ਕੰਮ ਨਿਕਲਣਾ ਜੇ ਇਹਨੂੰ ਵੀ ਨਾ ਛੱਡੋ ਇਹ ਵੀ ਜਾਂਚ ਪੜਤਾਲ ਕਰਵਾ ਲਓ ਥੋੜਾ ਇਹ ਗਾਂ ਟੱਪ ਚੋ ਲੁਧਿਆਣੇ ਕਾ ਨਹੀਂ ਨੂੰ ਹਾਂਜੀ ਹਾਂਜੀ ਇਹ ਹੋਮਲੈਂਡ ਹੈ ਜੀ ਮਾਮਲਾ ਮਤਲਬ ਕਿ ਸੁਹਾਣਾ ਜੀ ਹਾਂ ਜੀ ਸੋਨਾ ਸਾਹਿਬ ਗੁਰਦੁਆਰਾ ਜੀ ਹਾਂ ਜੀ ਬਿਲਕੁਲ ਤੇ ਉੱਥੋਂ ਤੁਸੀਂ ਸਿੱਧਾ ਮਾਰੋ ਟਰਨ ਅੱਗੇ ਨੂੰ ਤੇ ਜਾਵੜੋ ਉੱਥੇ ਲੁਧਿਆਣੇ ਜੀ ਕੱਲ ਰਾਤ गुज़ारी ਮੈਂ ਸੱਜਣਾ ਸ਼ਹਿਰ ਤੇ ਲੁਧਿਆਣੇ ਤੁਸੀਂ ਇੱਕ ਰਾਤ گزارੋ ਤੇ ਫਿਰ ਉਸ ਤੋਂ ਬਾਅਦ ਕੱਢ ਲਿਓ ਉੱਥੇ ਤਾਂ ਬਹੁਤ ਚਿੱਠੇ ਕਿਸੇ ਨੇ ਜੀ ਉਹ ਵੀ ਕੱਢੋ ਛੱਡੋ ਨਾ ਕਿਸੇ ਨੂੰ ਮੈਂ ਤਾਂ ਕਹਣਾ ਕਿ ਰਗੜੋ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਪਤਾ ਲੱਗੇ ਆ ਜਿਹੜੇ ਅਫਸਰ ਇਸ ਤਰ੍ਹਾਂ ਕਰਦੇ ਆ ਪਤਾ ਲੱਗੇ ਜੀ ਤੇ ਫਿਰ ਗਾਹਾਂ ਆ ਕੇ ਤੁਹਾਡੀ ਵੀ ਜਾਂਚ ਪੜਤਾਲ ਹੋ ਜਾਵੇ ਕਿ ਬਾਜਵਾ ਜੋ ਗੱਲ ਕਹਿੰਦੇ ਨੇ ਕਿ ਉਹ ਉਹ ਕਿੱਦਾਂ ਗਏ ਨੇ ਗਨਮੈਨ ਦਿੱਲੀ ਐ ਜਾਂ ਇੱਧਰ ਉੱਧਰ ਰਿਸ਼ਤੇਦਾਰਾਂ ਚ ਐ ਇਦਾਂ ਹੀ ਚੱਲਣੀ ਚਾਹੀਦੀ ਜਾਂਚ ਪੜਤਾਲ ਮਜ਼ਾ ਆਏਗਾ ਇਸ ਗੇਮ ਦਾ ਮਜ਼ਾ ਆਏਗਾ ਜੀ ਪਰ ਗੱਲ ਇਹ ਹੈ ਕਿ ਇਤفاق ਵੇਖੋ ਤੁਸੀਂ ਮਾਨ ਸਾਹਿਬ ਕੱਲ ਇਹਨਾਂ ਨੇ ਹੁਕਮ ਦਿੱਤਾ ਜਾ ਕੇ ਲੋ ਖਬਰਾਂ ਛਪ ਗਈਆਂ ਪਰ ਇਹ ਗੱਲ ਚੰਨੀ ਸਾਹਿਬ ਦੇ ਨਾਲ ਜੁੜੀ ਜੜੀ ਹੈ ਉਦੋਂ ਸੁਰਖੀਆਂ ਚ ਆਉਂਦੀ ਹੈ ਜੀ ਜਦੋਂ ਕੱਲ ਚੰਨੀ ਸਾਹਿਬ ਨੇ ਇੱਕ ਬਹੁਤ ਵੱਡਾ ਸਵਾਲ ਚੁੱਕਿਆ ਖੁਲਾਸਾ ਕਰਕੇ ਉਹ ਤੇ ਸ਼ਰਾਬ ਦੀਆਂ ਬੋਤਲਾਂ ਲੈ ਆਏ ਸੀ ਗੱਲ ਨਾਲ ਜੀ ਦੱਸ ਦਿਆ ਜੀ ਤਾਂ ਉਹਨਾਂ ਨੇ ਤਾਂ ਬ੍ਰਾਂਡ ਕੱਲੇ-ਕੱਲੇ ਗਿਣਾ ਦਿੱਤੇ ਜੀ ਆ ਜਿਹਦੀ ਚਰਚਾ ਆਪਣੇ ਕਮੈਂਟਾਂ 'ਚ ਵੀ ਖਾਸੀ ਹੁੰਦੀ ਹੈ ਜੀ ਉਹ ਕਹਿੰਦੇ ਕਿ ਭਾਈ L1 ਦੇ ਅੱਗੇ 80 85 ਲਾਇਸੈਂਸ ਧਾਰਕ ਸੀਗੇ ਜੀ ਰੋਜ਼ਗਾਰ ਮਿਲਦਾ ਸੀ ਵੰਡਵਾ ਜੀ ਤੇ ਭਾਈ ਤੁਸੀਂ ਤੇ ਰੱਖ ਦਿੱਤੇ ਨੇ 6 ਤੇ 6 ਦੇ 6 ਹੀ ਭਾਰੀ ਆ ਤੇ ਤੁਸੀਂ ਕਮਿਸ਼ਨ ਵਧਾ ਦਿੱਤਾ 5 ਤੋਂ 12 ਫੀਸਦੀ ਬਿਨਾ ਦੱਸੇ ਤੋਂ ਪੁੱਛੇ ਤੋਂ ਇਹ ਮਾਜ਼ਰਾ ਕੀ ਹੈ ਇਹ ਬਹੁਤ ਵੱਡਾ ਖੁਲਾਸਾ ਹੈ ਜੇਕਰ ਇਹਦੇ ਵਿੱਚ ਕੋਈ ਹਕੀਕਤ ਹੈ ਕਿਉਂਕਿ ਆਪਾਂ ਇੱਕ ਕਹਿ ਲਓ ਕਿ 부ਜਾਰਤ ਦੇ ਵਿੱਚ ਫਸੇ ਹੋਏ ਸੀ ਨਾ ਕਿ ਲਿਕਰ ਪਾਲਸੀ ਉਹੀ ਆ ਇਹਨਾਂ ਨੇ ਪਿਛਲੇ ਸਾਲ ਵਾਲੀ ਕੰਟੀਨਿਊ ਕਰ ਲਈ ठेकेदारਾਂ ਨੇ ਇੰਨੀ ਸ਼ਰਾਬ ਦੇ ਰੇਟ ਕਿਦਾਂ ਚੱਕ ਦਿੱਤੇ ਤੇ ਸਰਕਾਰ ਬਿਲਕੁਲ ਖਾਮੋਸ਼ ਹੈ ਹੁਣ ਆਹ ਕਹਾਣੀ ਜਿਹੜੀ ਕੱਲ ਚੰਨੀ ਸਾਹਿਬ ਨੇ ਦੱਸੀਆ ਵਿੱਚੋਂ ਤੇ ਇਹ ਆ ਜੀ ਫਿਰ ਲੱਗਦਾ ਤੇ ਇਹੀ ਹੈ ਨਾ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕੋਈ ਉਹ ਨੌਜਵਾਨ ਆ ਬਲੌਗਰ ਹੈ ਸ਼ਾਇਦ ਉਹ ਜਾਂਦਾ ਇੱਕ दारू ਦੀ ਬੋਤਲ ਖਰੀਦਦਾ ਹੈ ਜੀ ਹੁਣ दारू ਦੀ ਬੋਤਲ ਜਿਹੜੀ ਖਰੀਦਦਾ ਚਲੋ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲਵਾਂਗੇ ਅਕਸਰ ਪੰਜਾਬੀ ਜਿਹੜੀ ਉਹ दारू ਪੀਂਦੇ ਹਨ ਅੰਗਰੇਜ਼ੀ ਜਨੂ ਕਹਿ ਦਿੰਨੇ ਆ ਉਹਦੇ ਚ ਸਭ ਤੋਂ ਜ਼ਿਆਦਾ ਵਿਕਦੀ ਆ 600 ਦੀ 5 600 ਦੀ ਰੇਂਜ ਚ ਸਮਝ ਜਾਣਾ ਸਾਰਿਆਂ ਨੇ ਆਰ ਤੇ ਉਹਦਾ ਨਾਮ ਸ਼ੁਰੂ ਹੁੰਦਾ R ਜਗਾ ਦੂਸਰਾ ਨਾਂ S ਤੇ ਸ਼ੁਰੂ ਹੁੰਦਾ ਹੈ R S ਕਹਿ ਲਓ ਉਹਨੇ ਬੋਤਲ ਲਈ ਉਹਦੇ ਤੇ ਜੋ MSP ਲਿਖਿਆ ਉਹ ਲਿਖਿਆ ਸੀਗਾ 275 ਉਹਨੂੰ ਉਹਨੂੰ ਜਿਹੜੀ ਦਿੱਤੀ ਹੈ ਉਹ 600 ਨੂੰ ਤਾਂ ਚਾਹਤ ਉਹਨੇ ਸਵਾਲ ਕੀਤਾ ਤਾਂ ਉਹ ਕਹਿੰਦੇ ਜੀ ਇਹ ਹੈ ਮਿਨੀਮਮ ਸੇਲ ਪ੍ਰਾਈਸ ਮੈਕਸਿਮਮ ਨਹੀਂ ਹੈ ਤਾਂ ਤੁਸੀਂ ਦੇਖੋ ਕਿ ਮਿਨੀਮਮ ਠੀਕ ਹੈ 275 ਹੁਣ 275 ਦਾ ਜੇ ਆਪਾਂ ਵੱਡੇ ਤੋਂ ਵੱਡਾ ਵੀ ਮਾਰਜਨ ਲਈਏ فرض ਕਰੋ ਕਿ ਕੋਈ ਚੀਜ਼ ਹੈ ਸਾਰੇ ਟੈਕਸ ਵਗੈਰਾ ਇਨਕਲੂਡ ਹੋ ਕੇ ਉਹ ਸੇਲ ਤੇ ਆ ਜਾਂਦੀ ਲਾਸਟ ਸੇਲ ਪੁਆਇੰਟ ਤੇ ਆ ਗਈ ਤਾਂ 50 ਰੁਪਏ ਮਾਰਜਨ 250 ਵਾਲੀ ਐਮਐਸਪੀ ਤੇ 275 ਵਾਲੀ ਐਮਐਸਪੀ ਤੇ ਬਹੁਤ ਹੀ ਜ਼ਿਆਦਾ ਹੈ ਤੇ ਚਲੋ ਬਲੈਕ ਕਰ ਲਾਂਗੇ ਤਾਂ ਵੱਧ ਤੋਂ ਵੱਧ ਡਬਲ ਕਰ ਸਕਦੇ ਹਾਂ ਜਿਆਦਾ ਤੇ 600 ਤੇ ਇਹ ਪੈਸਾ ਕਿੰਨੇ ਕਿੰਨੇ ਵੰਡਣਾ ਹੈ ਇਹ ਕੱਲੇ ਠੇਕੇਦਾਰਾਂ ਨੇ ਜਾਂ ਉੱਤੇ ਵੀ ਜਾ ਰਿਹਾ ਹੈ। ਇਹ ਤਾਂ ਫਿਰ ਸਵਾਲ ਉੱਠਣਗੇ ਨਾ ਕਿ ਕੌਣ-ਕੌਣ ਨੇ ਇਹਦੇ ਵਿੱਚ ਸ਼ਾਮਲ? ਜੀ। ਤੇ ਤੁਸੀਂ ਸਿਆਪਾ ਹੀ ਨਵੇੜੋ ਸਿੱਧਾ ਉਹ ਜਿਵੇਂ ਆਪਾਂ ਦੂਜੀਆਂ ਲਿਖ ਲਿਖਦੇ ਹੁੰਨੇ ਆ ਜਾਂ ਦੇਖਦੇ ਹੁੰਨੇ ਆ ਐਮ ਆਰ ਪੀ। ਮੈਕਸਿਮਮ ਹੀ ਕਰ ਦਿਓ ਫਿਰ ਤੁਸੀਂ ਵੀ ਐਤੋਂ ਵੱਧ ਨਹੀਂ ਕਰੋਗੇ। ਕਿਉਂ ਨਹੀਂ ਕੀਤਾ ਜਾ ਰਿਹਾ ਉਹਦੇ 'ਚ? ਜੀ। ਤਾਂ ਇਹ ਇਹ ਜਿਹੜਾ ਮਤਲਬ ਕਿ ਬਹੁਤ ਵੱਡਾ ਕੱਲ ਉਹਨਾਂ ਨੇ ਦਾਵਾ ਕੀਤਾ ਚੰਨੀ ਸਾਹਿਬ ਉਹਨਾਂ ਨੇ ਉਹ ਤਾਂ ਜਾਣਦੇ ਨੇ ਕਿ ਭਾਈ ਗਲਤ ਹੈ ਜਾਂ ਸਹੀ ਹੈ ਜੀ ਪੀਸੀ ਕਰਕੇ ਜੋ ਦਾਵਾ ਕੀਤਾ ਤਾਂ ਜਿਵੇਂ ਹੀ ਉਹ ਮੰਨ ਲਓ ਕਿ ਉਹ ਪੀਸੀ ਹੁੰਦੀ ਉਸ ਤੋਂ ਬਾਅਦ ਆ ਖਬਰ ਵੀ ਸੁਣਨ ਨੂੰ ਮਿਲਦੀ ਹੈ ਕਿ ਲੋ ਜੀ ਚੰਨੀ ਸਾਹਿਬ ਨੂੰ ਹੁਣ ਹਿਸਾਬ ਕਿਤਾਬ ਜਿਹੜਾ ਸਿਕਿਉਰਟੀ ਵਾਲਾ ਵੀ ਦੇਣਾ ਪੈਣਾ ਪਰ ਮੈਂ ਮਤਲਬ ਕਿ ਦੋਆਂ ਚੀਜ਼ਾਂ ਦੇ ਹੱਕ 'ਚ ਆ ਕਿ ਜਿਹੜੀ ਆਹ ਗੱਲਬਾਤ ਹੋ ਰਹੀ ਹੈ ਚੰਨੀ ਸਾਹਿਬ ਵਾਲੀ ਇਹਨੂੰ ਵੀ ਵੇਖੋ ਕੀ ਹੈ ਜੇ ਦੂਜੇ ਪਾਸੇ ਜੇਕਰ ਉਹ ਮਸਲਾ ਹੈ ਤਾਂ ਉਹਦੇ ਵਿੱਚ ਤਾਂ ਭਾਈ ਕਿਸੇ ਨੂੰ ਨਹੀਂ ਬਖਸ਼ਣਾ ਚਾਹੀਦਾ ਜੀ ਆ ਕਿਨੇ ਸਿਕਿਉਰਟੀ ਦਿੱਤੀ ਆ ਕੌਣ ਪਰ ਉਹੀ ਚੀਜ਼ ਜਿਹੜੀ ਹੈ ਹੁਣ ਵੀ ਹੈ ਜੀ ਹੁਣ ਵੀ ਰਿਸ਼ਤੇਦਾਰਾਂ ਨੂੰ ਸਿਕਿਉਰਟੀ ਦਿੱਤੀ ਗਈ ਹੈ ਹੁਣ ਕਿਹਨੂੰ ਦਿੱਤੀ ਆ ਜੀ ਇਹ ਵੀ ਇੱਕ ਵੱਡਾ ਸਵਾਲ ਹੈ ਹੁਣ ਹੁਣ ਕੀ ਹੋ ਗਿਆ ਜੀ ਇੱਥੇ ਇੱਕ ਵੀਰ ਦਾ ਹੈ ਕਮੈਂਟ ਉਹ ਕਹਿੰਦੇ ਜੀ ਕਿ ਇੱਕ ਮੰਤਰੀ ਹੈ ਮੰਤਰੀ ਸਾਹਿਬਾਂ ਨੇ ਉਹਨਾਂ ਦੇ ਪਿਤਾ ਕਿਹੜੇ ਹਿਸਾਬ ਨਾਲ ਫਰਗਾਨਾ ਵਿੱਚ ਆ ਮੈਂ ਉਹੀ ਕਹਿ ਰਹੇ ਹਾਂ ਕਿ ਫਿਰ ਹੋਣ ਵਾਲੇ ਰਿਸ਼ਤੇਦਾਰ ਕਿਵੇਂ ਲਈ ਫਿਰਦੇ ਨੇ ਜੀ ਇਹ ਵੀ ਇੱਕ ਵੱਡਾ ਸਵਾਲ ਹੈ ਹੁਣ ਵਾਲਿਆਂ ਦੀ ਵੀ ਜਾਂਚ ਨਾ ਲਗਵੀਂ ਉਹ ਕਰਾ ਲਓ ਬਿਲਕੁਲ ਤਾਂ ਤੋਂ ਲੈ ਕੇ ਥੱਲੇ ਤੱਕ ਆ ਜਾਓ ਸੀਐਮ ਸਾਹਿਬ ਤੋਂ ਚੱਲ ਪੂ ਥੱਲੇ ਨੂੰ ਬਿਲਕੁਲ ਇਹ ਚੀਜ਼ ਠੀਕ ਰਹੇਗੀ ਦੋਸਤ ਜੀ ਬਿਲਕੁਲ ਬਿਲਕੁਲ ਜੀ ਤੇ ਇੱਕ ਵੀਰ ਦਾ ਕਮੈਂਟ ਸੀ ਮਿੰਟੂ ਜੀ ਪਿਛਲੀ ਖਬਰ ਨਾਲ ਇਹ ਵੀ ਵੈਸੇ ਇੰਟਰਸਟਿੰਗ ਕਮੈਂਟ ਲੱਗਿਆ ਮੈਂ ਇਸ ਕਰਕੇ ਐਡ ਆਨ ਕਰਨਾ ਚਾਹੁੰਦਾ ਸੀ ਕਹਿੰਦੇ ਵੀਰ ਜੀ ਕਹਿੰਦੇ ਕਿ ਡਰਾਈਵਿੰਗ ਲਾਇਸੈਂਸ ਦੇ ਨਾਲ ਕਹਿੰਦੇ ਕਾਰ ਦੇ ਕਲਰ ਦਾ ਵੀ ਕਹਿੰਦੇ ਕਿ ਵਾਈਟ ਹੋਣਾ ਜ਼ਰੂਰੀ ਹੈ ਜੀ ਕਹਿੰਦੇ ਕਿ ਸਾਡੇ ਕੋਲ ਕਹਿੰਦੇ ਕਿ ਬਲੈਕ ਕਾਰ ਆ ਬਟ ਜਦੋਂ ਲਾਇਸੈਂਸ ਬਣਾਉਣ ਜਾਂਦੇ ਨੇ ਤਾਂ ਉਹ ਕਹਿੰਦੇ ਜੀ ਕਿ ਕਾਰ ਚਿੱਟੀ ਲੈ ਕੇ ਆਓ ਜੀ ਕਹਿੰਨੇ ਕਿ ਇਹ ਨਹੀਂ ਸਮਝੀ ਕਹਿੰਨੇ ਕਾਰ ਮੰਗ ਕੇ ਲੈ ਕੇ ਗਏ ਸੀ ਅੱਛਾ ਜੀ ਹਾਂ ਜੀ ਸਿਮਰਦੀਪ ਜੀ ਮਾਜੀ ਕਰੇ ਟੈਸਟਿੰਗ ਵਾਸਤੇ ਟੈਸਟਿੰਗ ਵਾਸਤੇ ਹਾਂ ਇਹ ਵੀ ਉੱਥੇ ਵੀਹਿਕਲ ਆਪਣਾ ਲੈ ਕੇ ਆਉਣਾ ਪੈਂਦਾ ਜੇ ਤੁਸੀਂ ਉੱਥੇ ਬਾਹਰੋਂ ਕਿਤੋਂ ਲੈਣਾ ਤਾਂ ਉਹ 500000 ਰੁਪਏ ਦਾ ਤੁਹਾਨੂੰ ਹੋਰ ਇਹ ਕਿਹੜੇ ਚੱਕਰਾਂ ਚ ਪਾ ਰੱਖਿਆ ਇਹਨਾਂ ਨੇ ਮੈਨੂੰ ਤੇ ਸਮਝ ਨਹੀਂ ਆਉਂਦੇ ਜੀ ਵੀ ਤੁਸੀਂ ਉੱਥੇ ਤਹਿਸੀਲ ਪੱਧਰ ਤੇ ਰੱਖੋ ਯਾਰ ਇੰਨੀ ਦੂਰ ਕੌਣ ਚੱਕ ਕੇ ਲੈ ਜਾਏਗਾ ਜੀ ਇਹ ਤੇ ਕੋਲ ਕਾਰ ਹੈ ਨਹੀਂ ਉਹ ਐਕਸਟਰਾ ਖਰਚਾ ਤਾਂ ਇਹ ਚੀਜ਼ ਜਿਹੜੀ ਆ ਮੇਰੇ ਖਿਆਲ ਦੇ ਨਾਲ ਨਿਬੇੜਨੀ ਚਾਹੀਦੀ ਆ ਤੁਸੀਂ ਕੈਂਪ ਲਾਓ ਪਿੰਡਾਂ 'ਚ ਸਭ ਤੋਂ ਬੈਸਟ ਤਰੀਕਾ ਇਹ ਆ ਏਜੰਟ ਵਗੈਰਾ ਨਾਲ ਕਰ ਲੋ ਹਾਇਰ ਜਿਵੇਂ ਤੁਸੀਂ ਹੁਣ ਆਧਾਰ ਕਾਰਡ ਪਿੰਡਾਂ 'ਚ ਜਾ ਕੇ ਬਣਾ ਸਕਦੇ ਜੇ ਤੇ ਲਾਇਸੈਂਸਾਂ ਨੂੰ ਕੀ ਹੋਇਆ ਤੁਸੀਂ ਕੈਂਪ ਲਵਾ ਦਿਓ ਉੱਥੇ ਮਤਲਬ ਕਿ ਕੰਪਨੀਆਂ ਹਾਇਰ ਕਰ ਲੋ ਉੱਥੇ ਟੈਸਟ ਦਵਾ ਕੇ ਤੇ ਉੱਥੇ ਤੁਸੀਂ ਨਾਂ ਲਗਵੇਂ ਲਾਇਸੈਂਸ ਅਗਲੇ ਦੇ ਹੱਥ 'ਚ ਫੜਾ ਦਿਓ ਕਿ ਕਿਹੜੀਆਂ ਤੋ ਕਿ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਅਸੀਂ ਬੈਗ ਗੇਅਰ ਲਾ ਕੇ ਸਕੋ ਦੂਜੇ ਪਾਸੇ ਨੂੰ ਤੁਰੇ ਜਾਂਦੇ ਆ ਜੀ ਬੜੀ ਅਜੀਬੋ ਗਰੀ ਅੱਛਾ ਕਾਲੀ ਕੀ ਗੱਲ ਹੈ ਵੀ ਕਾਲੀ ਕਾਰ ਕਾਲੀ ਕਾਰ ਤੇ ਪਾਬੰਦੀ ਆ ਕੋਈ ਜਿਵੇਂ ਉਹ ਕਿਸੇ ਐਕਟਰ ਦੇ ਲੀਡਿਆਂ ਤੇ ਪਾਬੰਦੀ ਲੱਗੀ ਸੀ ਕਹਿੰਦੇ ਕਿ ਕੁੜੀਆਂ ਹੀ ਮਰਨ ਲੱਗ ਪਈਆਂ ਸੀਗਾ ਜੀ ਤੇ ਇਦਾਂ ਕੀ ਕਾਲੀ ਕਾਰ ਨੂੰ ਵੇਖ ਕੇ ਅਫਸਰ ਉੱਥੇ ਕੋਠੇ ਤੋਂ ਛਾਲ ਮਾਰ ਦਿੰਦੇ ਨੇ ਪਤਾ ਨਹੀਂ ਕੀ ਗੱਲ ਹੈ ਹਾਦ ਹੋ ਗਈ ਆ ਕਾਲੀ ਕਾਰ ਬੈਨ ਕਰ ਦਿਓ ਫਿਰ ਜੀ ਅਗਲੇ ਨੇ ਕਾਲੀ ਰੇਂਜ ਤੇ ਤਾਂ ਗੀਤ ਬਣਾਏ ਨੇ ਇਹਨੇ ਗੀਤ ਬਣੇ ਆ ਸੁਣੇ ਨਹੀਂ ਇਹਨਾਂ ਨੇ ਅਫਸਰਾਂ ਨੇ ਕਦੇ ਜੀ ਕਾਲੀ ਰੇਂਜ ਦਾ ਤਾਂ ਰੇਟ ਹੀ ਬਹੁਤ ਆ ਹੱਦ ਹੋ ਗਈ ਆ ਤੁਹਾਡੇ ਵਾਲੇ ਦੱਸੋ ਆਪ ਭਾਵੇਂ ਇਹਨਾਂ ਨੇ ਕਾਲੀਆਂ ਉਥੇ ਸਕੂਟੀਆਂ ਰੱਖੀਆਂ ਹੋਣ ਕਾਲੇ ਇਹਨਾਂ ਨੇ ਵੱਡੇ ਵੱਡੇ ਝੌਂਗੇ ਰੱਖਿਓ ਹੋਣ ਦਾ ਸੋਹਾਤ ਹੋ ਗਿਆ ਤੇ ਨਵੀਂ ਗੱਲ ਸੁਣੀ ਆ ਆ ਸੁਣ ਲਓ ਮਾਨ ਸਾਹਿਬ ਤੁਹਾਡੇ ਰਾਜ ਚ ਕੀ ਕੀ ਹੋਣ ਦਿਆ ਰੋਕੋ ਇਹਨਾਂ ਨੂੰ ਰੱਬ ਦਾ ਆਵਾਜ਼ ਬਿਲਕੁਲ 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 ਜੀ ਤੇ ਇਧਰੋਂ ਮਿੰਟੂ ਜੀ ਆਪਾਂ ਅੱਗੇ ਨੂੰ ਆਈਏ ਮੇਨ ਖਬਰ ਵਾਲ ਜੀ ਤਾਂ ਜੀ ਮੈਂ ਤਾਂ ਹੈਰਾਨ ਐ 당 ਕਾ ਕਿ ਰੰਗ ਦਾ ਮਸਲਾ ਕੀ ਹੋ ਗਿਆ ਯਾਰ ਪਤਾ ਨਹੀਂ ਤੇ ਨਵੀਂ ਸੁਣਿਆ ਇਸੇ ਕਰਕੇ ਮੈਂ ਕਹਿ ਰਿਹਾ ਜੀ ਜੀ ਬਿਲਕੁਲ